ਲਓ ਜੀ ਬਾਬਿਓ ਟੀਕਾ ਲਾਤਾ ਹੁਣ ਸਾਰਿਆਂ ਨੂੰ ਮੈਂ ਹਾਂਜੀ ਹਾਂਜੀ ਇਹ ਹੁਣ ਅੱਲਾ ਦੀ ਰਹਿਮਤ ਨਾਲ ਕੋਈ ਰੌਲਾ ਨਹੀਂ ਇਹਨਾਂ ਨੂੰ ਹੈ ਠੀਕ ਹੈ ਅਤੇ ਫਿਰ ਵੀ ਮੈਨੂੰ ਹੈ ਨਾ ਉਹ ਜਿਹੜੀ ਝੋਟੀ ਸੀ ਨਾ ਉਹਨੂੰ ਸਵੇਰੇ ਗੁੜ ਦੇਣਾ ਲਾਜ਼ਮੀ ਠੀਕ ਹੈ ਹਾਂ ਪਿੰਨੀ ਜੀ ਇੱਕ ਬਣਾ ਕੇ ਨਾ ਅਤੇ ਉਹਨੂੰ ਲਾਜ਼ਮੀ ਦੇਣੀ ਹੈ ਅਤੇ ਫਿਰ ਮੈਂ ਫੋਨ ਕਰਾਂਗਾ ਫਿਰ ਮੈਨੂੰ ਦੱਸਣਾ ਕੀ ਗੱਲਬਾਤ ਆ ਹੁਣ ਅੱਲਾ ਦੀ ਰਹਿਮਤ ਨਾਲ ਟੈਨਸ਼ਨ ਕੋਈ ਨਹੀਂ ਉਹ ਦੇਣੇ ਸਾਰਾ ਕੁਛ ਹੀ ਦੇਣਾ ਲੇਕਿਨ ਮੇਰੇ ਪੁੱਛਣ ਤੋਂ ਬਗੈਰ ਨਹੀਂ ਕੋਈ ਸ਼ਾਇਦ ਦੇਣੀ ਮੈਂ ਚਲਾਉਂਦਾ ਡਾਕਟਰ ਸਾਹਿਬ ਲਿਆ ਤੁਹਾਨੂੰ ਲੱਭਦਾ ਆਇਆ ਮੈਂ ਅੱਛਾ ਖੈਰਾ ਖੈਰ ਹੀ ਆ ਜੀ ਕੀ ਹੋ ਗਿਆ ਮੈਂ ਗਿਆ ਸੀਗਾ ਤੁਹਾਡੇ ਪਹਿਲੇ ਉੱਥੇ ਹਸਪਤਾਲ ਅੱਛਾ ਤੇ ਉਹ ਤੁਸੀਂ ਉੱਥੇ ਵੀ ਨਹੀਂ ਟੱਕਰੇ ਹਾਂ ਉਹ ਫਿਰ ਮੈਂ ਬਾਬਾ 3-4 ਢਾਰੀਆਂ ਫਿਰੀਆਂ ਉਹ ਹਰ ਬੰਦਾ ਇਹੀ ਕਹਿ ਰਿਹਾ ਸੀ ਹੁਣ ਗਿਆ ਮੈਂ ਕਿਹਾ ਡਾਕਟਰ ਮੱਖੀ ਲੱਭਣ ਨਹੀਂ ਡਿਆ ਉਹ ਬਸ ਫਿਰ ਕੰਮ ਹੀ ਹੈ ਨਾ ਸਾਰੇ ਇਸ ਤਰ੍ਹਾਂ ਦੇ ਹਾਂਜੀ ਉਹ ਫਿਰ ਜਾਣਾ ਪੈਂਦਾ ਪੂਰੇ ਪਿੰਡ ਦੇ ਵਿੱਚ ਮੇਰੇ ਤੋਂ ਕਾਬਲ ਡਾਕਟਰ ਹੈ ਕਿਹੜਾ ਹਾਂਜੀ ਹੈ ਬਹਿ ਜਾ ਇਸ ਤਰ੍ਹਾਂ ਹੀ ਅਤੇ ਉਹ ਮੈਂ ਕਿਹਾ ਉਹ ਬਾਬਾ ਗੁੱਲੂ ਵਾਹਵਾ ਦਿਨਾਂ ਦੇ ਫੋਨ ਕਰਨ ਡਿਆ ਸੀ ਹਾਂ ਉਹ ਮੈਂ ਅੱਜ ਫਿਰ ਸਾਰਿਆਂ ਨੂੰ ਫਾਸਤੀ ਟੀਕੇ ਲਾਤੇ ਆ ਅੱਛਾ ਮੈਂ ਕਿਹਾ ਚਲੋ ਅੱਛਾ ਸਹੀ ਅਤੇ ਉਹ ਮੈਂ ਲੱਭਣ ਡਿਆ ਸੀਗਾ ਕਿ ਮੈਂ ਕਿਹਾ ਜੀ ਡਾਕਟਰ ਮੈਂ ਜਿਹਨੂੰ ਵੀ ਪੁੱਛਿਆ ਨਾ ਉਹਨਾਂ ਨੇ ਕਿਹਾ ਜੀ ਡਾਕਟਰ ਤਾਂ ਇਸ ਪੂਰੇ ਇਲਾਕੇ 'ਚ ਨਾ ਕੋਈ 40 ਪਿੰਡਾਂ 'ਚ ਡਾਕਟਰ ਮੱਖੀ ਹੈ ਅੱਲਾ ਦੀ ਰਹਿਮਤ ਨਾ ਜੀ ਅੱਲਾ ਦੀ ਰਹਿਮਤ ਨਾ ਅੱਲਾ ਪਾਕ ਦੀ ਰਹਿਮਤ ਕਹਿੰਦੇ ਉਸ ਤੋਂ ਉੱਤੇ ਤਾਂ ਕੋਈ ਜੰਮਿਆ ਹੀ ਨਹੀਂ ਨਾ ਸ਼ਫਾ ਦੇਣੀ ਅੱਲਾ ਪਾਕ ਨੇ ਹਾਂ ਅਸੀਂ ਤਾਂ ਕੰਮ ਕਰਨਾ ਨਾ ਬਿਲਕੁਲ ਲੇਕਿਨ ਜਿਹੜੇ ਜਾਨਵਰ ਨੂੰ ਇੱਕ ਵਾਰੀ ਹੱਥ ਫੇਰ ਦਿੱਤਾ ਨਾ ਉਹਨੂੰ ਦਵਾਈ ਨਹੀਂ ਦੇਣ ਦੀ ਲੋੜ ਪਈ ਕਾਕਾ ਹੁਣ ਮੇਰੇ ਤੇ ਫੇਰਿਆ ਹੁਣ ਮੈਂ ਵੀ ਨਹੀਂ ਦਵਾਈ ਖਾਣੀ ਕਦੀ ਨਾ ਜ਼ਿੰਦਗੀ 'ਚ ਨਹੀਂ ਖਾਏਗਾ ਸਹੀ ਹੈ ਦਾਦਾ ਆ ਬਿਮਾਰ ਆਪਣਾ ਅੱਛਾ ਦਾਦਾ ਬਿਮਾਰ ਆ ਹਾਂਜੀ ਹਾਂ ਤੇ ਕੋਈ ਨਹੀਂ ਉਹਨੂੰ ਲੈ ਕੇ ਜਾਓ ਉੱਥੇ ਸਿਵਲ 'ਚ ਨਹੀਂ ਮੈਨੂੰ ਨਹੀਂ ਡਾਕਟਰਾਂ 'ਤੇ ਯਕੀਨ ਨਹੀਂ ਹੈਗਾ ਮੈਨੂੰ ਲੈਟ 'ਚ ਲੈ ਜਾਓ ਉੱਥੇ ਵੱਧ ਤੋਂ ਵੱਧ ਡਾਕਟਰ ਬਹਿੰਦਾ ਉਹ ਨਾ ਗੱਲ ਸੁਣਨ ਤੇ ਜਾ ਕੇ ਫੈਸਲ 'ਚ ਮੇਰੀ ਗੱਲ ਕਰਾ ਦੇਣੀ ਹੈ ਹਾਂ ਉਹ ਆਪਣਾ ਹੈਗਾ ਇੱਕ ਬੱਚਾ ਆਪਣਾ ਚੌਕੀਦਾਰ ਉੱਥੇ ਉਹ ਚੌਕੀਦਾਰ ਨਹੀਂ ਕਾਕਾ ਚੌਕੀਦਾਰ ਕਿਹੜਾ ਆ ਗਿਆ ਹਾਂ ਆਵੇ ਉਹਦਾ ਹੀ ਫੋਨ ਆਉਣ ਡਿਆ ਅੱਛਾ ਅੱਲਾ ਹੀ ਰਹਿਮ ਨਾ ਸਿਰਫ ਤੂੰ ਮੇਰਾ ਨਾਂ ਲੈਣਾ ਜਾ ਕੇ ਤੇ ਬਕਾਇਆ ਰੌਲਾ ਹੀ ਕੋਈ ਉਹਨੂੰ ਕਹਿਣਾ ਸੀ ਡਾਕਟਰ ਮੱਖੀ ਨੇ ਭੇਜਿਆ ਉਹ ਮੈਨੂੰ ਕਹਿਣਗੇ ਅਸੀਂ ਤਾਂ ਕੱਢਤੀਆਂ ਸਾਰੀਆਂ ਬਾਹਰ ਬੈਠੇ ਸੀ ਕੋਠੇ ਤੇ ਕਰੇਲੇ ਪੱਕੇ ਤੇ ਨਾਲ ਦਹੀਂ ਵਿੱਚ ਪਾਇਆ ਪੁਦੀਨਾ ਤੇ ਜ਼ੀਰਾ ਅੱਛਾ ਤੇ ਕਰੇਲੇ ਭਰ ਕੇ ਨਾ ਨਲਕੀ ਨਾਲ ਤੇ ਬਲ ਕੇ ਆਹੋ ਹਾਂ ਤੇ ਉਹ ਪਿਆ ਮੈਂ ਖਾਵਾਂ ਤੇ ਫਿਰ ਮੈਂ ਸਾਡੇ ਆਇਆ ਗੁਆਂਢੀ ਮੈਂ ਕਿਹਾ ਆ ਜਾ ਵੀ ਤੈਨੂੰ ਕਰੇਲੇ ਖੋਣੇ ਆ ਅੱਛਾ ਉਹਨੇ ਮੈਨੂੰ ਕਿਹਾ ਸੀ ਕਹਿੰਦਾ ਯਾਰ ਜਿੱਦਣ ਵੀ ਕਰੇਲੇ ਪੱਕਣ ਨਾ ਮੈਨੂੰ ਜ਼ਰੂਰ ਦੱਸਣਾ ਉਹਨੇ ਫਿਰ ਮੈਨੂੰ ਦੱਸਿਆ ਉਹ ਕਹਿੰਦਾ ਜੀ ਇਹ ਜਿਹੜਾ ਇਲਾਕਾ ਹੈ ਨਾ ਅੱਛਾ ਇੱਥੇ ਡਾਕਟਰ ਮੱਖੀ ਵਰਗਾ ਬੰਦਾ ਕੋਈ ਨਹੀਂ ਮੈਂ ਕਿਹਾ ਦਾਦੇ ਦਾ ਇਲਾਜ ਨਾ ਮੈਂ ਉਹ ਕੋਈ ਕਰਾਉਣਾ ਉਹ ਯਾਰ ਦਾਦੇ ਦਾ ਇਲਾਜ ਕਰਾਉਣਾ ਕਿ ਦਾਦਾ ਚੋਣ ਲੱਗਿਆ ਲੱਤ ਮਾਰਦਾ ਦਾਦੇ ਦਾ ਇਲਾਜ ਕਰਾਉਣਾ ਤੂੰ ਉਹ ਤੈਨੂੰ ਮੈਂ ਕਾਕਾ ਕਹਿਣ ਡਿਆ ਮੈਂ ਡੰਗਰ ਡਾਕਟਰ ਹਾਂ ਨਹੀਂ ਉਹ ਮੈਨੂੰ ਪਤਾ ਹੈ ਉਸ ਗੱਲ ਦਾ ਪਰ ਮੈਂ ਇਲਾਜ ਤੁਹਾਡੇ ਕੋਲ ਕਰਾਉਣਾ ਦਾਦੇ ਦਾ ਉਹ ਯਾਰ ਮੇਰੇ ਕੋਲ ਇਲਾਜ ਕਰਾਉਣਾ ਕੀ ਗੱਲ ਕੀ ਦਾਦੇ ਦਾ ਸੰਡਾ ਲਿਖ ਬੈਠਾ
ਕਿ ਮੇਰੇ ਕੋਲ ਇਲਾਜ ਕਰਾਉਣਾ ਦਾਦੇ ਦਾ। ਉਹ ਮੈਂ ਪੁੱਤ ਡੰਗਰ ਡਾਕਟਰ ਹਾਂ, ਮੈਂ ਤੇਰੇ ਸਾਹਮਣੇ ਤੇ ਹੋਣਾ ਵੇਖ ਨਾ ਜਨਮ ਨੂੰ ਚੈੱਕ ਕਰਦਾ ਟਿਆ। ਸੌਂਦਾ ਨਹੀਂ ਰਾਤ ਨੂੰ? ਹੈਂ? ਸੌਂਦਾ ਨਹੀਂ। ਸੌਂਦਾ ਨਹੀਂ ਰਾਤ ਨੂੰ? ਕੀ ਗੱਲ, ਮੱਛਰ ਵੜਦਾ ਉਹਨੂੰ? ਨਹੀਂ ਨਹੀਂ, ਮੱਛਰ ਤਾਂ ਨਹੀਂ ਹੈਗਾ ਇੰਨਾ। ਨਹੀਂ ਕੀ, ਸੌਂਦਾ ਕਿਉਂ ਨਹੀਂ? ਪਤਾ ਨਹੀਂ ਕੀ ਮਸਲਾ, ਸਾਰੀ ਰਾਤ ਬਸ ਇੰਜ ਇੰਜ ਇੰਜ। ਬਹੁਤ ਹੀ ਬਿਮਾਰ ਆ? ਹਾਂਜੀ ਹਾਂਜੀ। ਆ ਗਾਲੀ ਗੂਲੀ ਕਰਦਾ? ਮਤਲਬ ਉਹ ਖੋਤਿਆ ਜਾਂਦੇ ਆ ਉਹ ਬਾਪ ਦੇ ਤੇਰਾ ਦਾਦਾ, ਮੈਂ ਡੰਗਰਾਂ ਦੀ ਗੱਲ ਕਰਦਾ, ਸਮਝ ਲੱਗੀ ਆ ਕਿ ਨਹੀਂ? ਏਡਾ ਬਿਮਾਰ ਆ ਦਾਦਾ, ਆ ਡੰਗਰ ਜਦੋਂ ਗਾਲੀ ਗੂਲੀ ਕਰਨੀ ਛੱਡ ਦਿੰਦੇ ਆ ਨਾ, ਫਿਰ ਬਿਮਾਰ ਹੋ ਜਾਂਦੇ ਆ। ਇਹ ਅਲਾਮਤ ਆ ਇਹਨਾਂ ਦੀ ਤੰਦਰੁਸਤੀ ਦੀ। ਉਹ ਨਾ ਰਾਤ ਨੂੰ ਜਿਲੇ ਸੌਂਦਾ ਹੈ ਨਾ ਪਾਸਾ ਲੈ ਕੇ, ਤੇ ਸਰਾਣਾ ਗਿੱਲਾ ਹੋ ਜਾਂਦਾ, ਰਾਲਾਂ ਵੀ ਚੌਂਦੀਆਂ ਆ। ਓਏ ਆਹੋ, ਤੇ ਫਿਰ ਜਦੋਂ ਗਾਲੀ ਕਰਨੀ ਫਿਰ ਝੱਗਾਂ ਤੇ ਛੱਡਣੀਆਂ ਹੀ ਆ। ਹੁਣ ਉਹੀ ਝੱਗ ਲੈ ਕੇ ਤੇ ਦਾਦੇ ਦੀ ਸ਼ੇਪ ਨਾ ਕਰਦੀ। ਉਹ ਪੁੱਤ ਮੈਂ ਡੰਗਰ ਡਾਕਟਰ ਹਾਂ, ਡੰਗਰ ਡਾਕਟਰ। ਆਹੋ ਤੇ ਕਰੇਲੇ ਵੀ ਖਵਾਉਣੇ ਤੁਹਾਨੂੰ? ਕਿਹਨੂੰ? ਤੁਹਾਨੂੰ। ਕਿਉਂ, ਮੈਨੂੰ ਕਰੇਲੇ ਕਿਉਂ ਖਵਾਉਣੇ ਆ? ਨਹੀਂ, ਕਰੇਲੇ ਚੰਗੇ ਹੁੰਦੇ ਆ। ਉਹ ਯਾਰ ਚੰਗੇ ਹੋਣਗੇ ਤੇ ਮੈਂ ਆਪਣੇ ਘਰ ਪਕਾ ਲਾਂਗਾ, ਮੈਂ ਤੇਰੇ ਵੱਲੋਂ ਕਿਉਂ ਖਾਣੇ ਆ ਬਈ? ਨਹੀਂ, ਨਾਲ ਮੈਂ ਕਿਹਾ ਇਲਾਜ ਕਰੀ ਜਾਈਓ ਤੇ ਨਾਲ ਜਿਹੜਾ ਆ ਉਹ ਖਾਣਾ ਪੀਣਾ ਵੀ ਤੁਹਾਡਾ ਸਾਡੇ ਵੱਲੋਂ ਹੀ। ਉਹ ਖਾਣਾ ਪੀਣਾ ਮੇਰਾ ਬਿਲਕੁਲ ਠੀਕ ਆ, ਉਹਨੂੰ ਕਾਕਾ ਕਿਤੇ ਹੋਰ ਡਾਕਟਰ ਡੂਕਟਰ ਨੂੰ ਦਿਖਾ, ਸਾਡਾ ਇਹ ਕੰਮ ਨਹੀਂ ਹੈਗਾ। ਬਾਥਰੂਮ ਜਾਂਦਾ ਹੈ, ਘੰਟਾ ਘੰਟਾ ਵਾਪਸ ਨਹੀਂ ਆਉਂਦਾ। ਕਬਜ਼ ਹੋਈ ਹੈ ਉਹਨੂੰ ਥੋੜ੍ਹੀ ਜਿਹੀ ਨਾ, ਗੁੜ ਤੇ ਸੌਂਫ ਦੇ, ਵੇਖੀ ਕਿੱਦਾਂ ਭਵਾ ਕੇ ਛੱਡਦਾ। ਉਹ ਖੋਤਿਆ, ਮੈਂ ਕਹਿਣ ਡਿਆ ਮੈਂ ਡੰਗਰ ਡਾਕਟਰ ਹਾਂ, ਮੈਨੂੰ ਅੱਗੇ ਕਹਿਣ ਡਿਆ ਡੇਢ ਡੇਢ ਘੰਟਾ ਲੈਟਰੀਨ 'ਚੋਂ ਨਹੀਂ ਨਿਕਲਦੇ। ਲੈਟਰੀਨ ਨਾਲ ਦਿਲ ਲੱਗਾ ਉਹਦਾ, ਜਾਂ ਟੂਟੀ ਉਹਦੀ ਕੋਈ ਭਾਈਵਾਲ ਆ ਉਹਦੇ ਨਾਲ ਗੱਲਾਂ ਕਰਦਾ ਕੁਰਦਾ ਰਹਿੰਦਾ। ਖੋਤਾ ਸਾਰੇ ਜਾਣਦਾ ਲੈ ਦਾਦਾ, ਦਾਦਾ ਉੱਥੇ ਕਿਸੇ ਡਾਕਟਰ ਨੂੰ ਦਿਖਾ, ਮੇਰਾ ਉਹਦੇ ਨਾਲ ਕੀ ਤਲਕ ਆ? ਨਹੀਂ, ਤੁਸੀਂ ਡਾਕਟਰ ਨਹੀਂ? ਉਹ ਮੈਂ ਡਾਕਟਰ ਹੀ ਹਾਂ, ਡਾਕਟਰ ਹਾਂ, ਲੇਕਿਨ ਮੈਂ ਡੰਗਰ ਡਾਕਟਰ ਹਾਂ, ਤੂੰ ਮੈਨੂੰ ਦਾਦਾ ਚੈੱਕ ਕਰਾਉਣਾ। ਨਹੀਂ ਤਾਂ ਤੁਹਾਡੇ ਘਰ ਕੋਲ ਜਿਲੇ ਬਿਮਾਰ ਬਮੂਰ ਹੁੰਦਾ, ਹਾਂ, ਤੁਸੀਂ ਉਹਨੂੰ ਦਵਾਈ ਸਵਾਈ ਆਪ ਨਹੀਂ ਦੇ ਦਿੰਦੇ? ਉਹਨੂੰ ਦਵਾਈ ਮੈਂ ਕੀ ਦੇਣੀ ਆ ਬਈ, ਉਹ ਕਿਤੇ ਮੈਂ ਦਵਾਈ ਦੁਈ ਦੇ ਦਿੰਦਾ, ਬਸ ਇੰਨਾ ਕੀ ਹੁੰਦਾ। ਹੁਣ ਤੂੰ ਜਿਹੜਾ ਦਾਦੇ ਦਾ ਮਸਲਾ ਦੱਸਣ ਡਿਆ ਉਹ ਤਾਂ ਬੜਾ ਖਰਾਬ ਆ, ਉਹਨੂੰ ਇੱਕ ਖੁਰਾਕ ਨਾਲ ਆਰਾਮ ਨਹੀਂ ਆਉਣਾ, ਦਾਦਾ ਕਿਸਾਈਆਂ ਨੂੰ ਦੇਣ ਵਾਲਾ ਹੋਇਆ, ਸਮਝ ਲੱਗੀ ਆ ਕਿ ਨਹੀਂ? ਉਹਦੇ ਨਾਲ ਇੱਥੇ ਕਰਕੇ ਰੋਬੜਾ ਵੀ ਬਣਿਆ ਐਡਾ। ਓਏ ਆਹੋ, ਜਦੋਂ ਗਰਦਨ 'ਚ ਟੀਕੇ ਲੱਗਦੇ ਆ ਨਾ ਤੇ ਉਹ ਬਣ ਜਾਂਦੇ ਰੋਬੜੇ। ਉਹ ਖੋਤੇ ਆ ਜਿਹਾ, ਮੈਂ ਡੰਗਰ ਡਾਕਟਰ ਹਾਂ, ਰੋਬੜਾ ਬਣਿਆ ਕਿ ਦਾਦਾ ਰੇੜੀ ਅੱਗੇ ਜੋੜਦੇ ਆ ਤੁਸੀਂ? ਯਾਰ ਜਿਹਨੇ ਅਗਰ ਜਿਹੜਾ ਮਤਲਬ ਕਿ ਡੰਗਰ ਨੂੰ ਜਿਹੜੀ ਦਵਾਈ ਲੱਗਣੀ ਹੈ, ਹੈ, ਉਹ ਬੰਦੇ ਨੂੰ ਨਹੀਂ ਲੱਗਦੀ? ਉਹ ਨਹੀਂ ਕਾਕਾ, ਬੰਦੇ 'ਚ ਤੇ ਇਹਨਾਂ 'ਚ ਬੜਾ ਫਰਕ ਆ, ਸਮਝ ਲੱਗੀ ਆ ਕਿ ਨਹੀਂ? ਕੋਈ ਦਵਾਈ ਮਾਫਕ ਬਹਿ ਜਾਂਦੀ ਹੈ, ਕੋਈ ਨਹੀਂ ਬਹਿੰਦੀ। ਹਾਂ, ਖੰਘ ਦਾ ਵੀ ਬਹੁਤ ਆ। ਹੈਂ? ਖੰਘ ਦਾ? ਖੰਘ ਦਾ ਛੁਰੀ ਫੇਰ ਲਓ, ਚੰਗਾ ਨਹੀਂ ਹੁੰਦਾ ਕਿਸੇ ਦਿਨ, ਐਂ ਨਾ ਨਾ ਹੋਵੇ ਕਿ ਹਰਾਮ ਹੀ ਹੋ ਜਾਏ ਦਾਦਾ। ਉਹ ਮੈਂ ਡੰਗਰ ਡਾਕਟਰ ਹਾਂ, ਆਖੇ ਖੰਘ ਦਾ ਬਹੁਤ ਆ ਦਾਦਾ, ਉਹਨੂੰ ਕੋਈ ਸੀਰਪ ਸੂਰਪ ਲੈ ਕੇ ਦੇ, ਮੇਰਾ ਕੀ ਤਲਕ ਉਹਦੀ ਖੰਘ ਦੇ ਨਾਲ? ਪਤਾ ਨਹੀਂ ਗਰਮੀ ਬਹੁਤ ਮਹਿਸੂਸ ਕਰਦਾ। ਗਰਮੀ ਮਹਿਸੂਸ ਕਰਦਾ? ਘਰ ਦੇ ਬਾਹਰ ਕੋਈ ਹੈ ਛੁੱਪੜ ਛੁੱਪੜ? ਉੱਥੇ ਦਾਦਾ ਛੱਡ ਦਰਾ, ਆਪਣੇ ਆਪ ਨੂੰ ਮਧੋਲੇਗਾ ਨਾ ਤੇ ਸਹੀ ਹੋ ਜਾਏਗਾ, ਗਰਮੀ ਦੂਰ ਹੋ ਜਾਏਗੀ। ਤੈਨੂੰ ਮੈਂ ਕਹਿਣ ਡਿਆ ਮੈਂ ਡੰਗਰ ਡਾਕਟਰ, ਆਖੇ ਜੀ ਗਰਮੀ ਬੜੀ ਮਹਿਸੂਸ ਕਰਦਾ। ਨਹੀਂ, ਛੱਪੜ 'ਚ ਤਾਂ ਮੱਝਾਂ ਨਹੀਂ ਜਾਂਦੀਆਂ ਉਹਦੀਆਂ? ਉਹ ਯਾਰ ਤੇ ਉਹ ਕਾਕਾ, ਮੈਂ ਡੰਗਰ ਡਾਕਟਰ ਹਾਂ, ਮੈਂ ਫਿਰ ਤੈਨੂੰ ਉਸ ਲਿਹਾਜ਼ ਨਾਲ ਦੱਸਣਾ ਕਿ ਦਾਦਾ ਉੱਥੇ ਕਿਤੇ ਛੱਪੜ 'ਚ ਛੱਡ ਦੇ। ਹੱਥ ਕੰਬਦੇ ਆ। ਹੈਂ? ਹੱਥ ਕਮਜ਼ੋਰੀ ਹੋਈ ਹੈ। ਹਾਂਜੀ ਹਾਂਜੀ। ਹਾਂ, ਇਹ ਦਾਦਾ ਤੇਰਾ ਨਾ, ਇਹ ਕਿਤੇ ਮੰਡੀ ਲੱਗਦੀ ਮੱਲੂ ਮੋੜ ਹਫ਼ਤੇ ਵਾਲੇ ਦਿਨ, ਇਹ ਦਾਦਾ ਦੇ ਕੇ ਉੱਥੋਂ ਨਵਾਂ ਖੋਲ੍ਹ ਲਿਆ। ਉਹ ਖੋਤੇ ਆ ਜਾਣਦੇ ਆ, ਮੇਰਾ ਕੀ ਤਲਕ ਆ ਵੀ ਉਹਦੇ ਕੰਮਣ ਕੁੰਮਣ ਦੇ ਨਾਲ? ਲੰਮਾ ਹੀ ਪਿਆ ਰਹਿੰਦਾ ਹਰ ਟਾਈਮ, ਲੰਮਾ ਪਿਆ ਰਹਿੰਦਾ, ਚਾਰੇ ਲੱਤਾਂ ਉਸ ਕੰਨ ਨਾਲ ਆਉਂਦੀਆਂ ਨਾ ਜਿੱਥੇ ਦਾਦੇ ਦੀਆਂ ਫੋਸੀਆਂ ਲਾਉਣਾ। ਹੈ ਲੰਮਤੀ ਆ, ਤੈਨੂੰ ਮੈਂ ਕਹਿਣ ਡਿਆ ਮੈਂ ਡੰਗਰ ਡਾਕਟਰ, ਆਖਿਆ ਜੀ ਲੰਮਾ ਪਿਆ ਰਹਿੰਦਾ। ਤੂੰ ਮੈਨੂੰ ਲੱਭਦਾ ਆ ਗਿਆ ਡੇਰਿਆਂ ਤੋਂ ਇੱਧਰ ਨੂੰ, ਤੇ ਤੈਨੂੰ ਮੈਂ ਸਲਾਹ ਭੇਜਿਆ ਮੈਨੂੰ ਲੈ ਕੇ ਜਾ ਇੱਥੋਂ।
ਪਿੰਡਾਂ ਦਾ ਬਿਮਾਰ ਆ, ਪਿੰਡਾਂ ਨਾ ਕਾਲਾ ਕਾਲਾ ਜਿਹਾ ਹੋਈ ਜਾ ਰਿਹਾ, ਕਾਲਾ 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 ਮਾਇਆਬਾਦੀ ਹੋਈ ਹੈ। ਉਹਨੂੰ ਮਿਰਚਾਂ, ਕਾਲਾ ਲੂਣ ਹੈ, ਤੇ ਉਹਨੂੰ ਨਾ ਚੰਗੀ ਤਰ੍ਹਾਂ ਉਹਦੀ ਜੀਭ ਫੜ ਕੇ ਨਾ ਉਹਦੇ ਤਾਲੂ ਚ ਮਾਰ, ਉਹਦੀਆਂ ਵਰਾਛਾਂ ਚ ਮਾਰ, ਉਹਦੀ ਮਾਇਆਬਾਦੀ ਖਤਮ ਹੋਵੇ। ਉਹ ਲਾਂਤੀ ਆ, ਮੈਂ ਡੰਗਰ ਡਾਕਟਰ ਆ। ਇਹ ਤਾਂ ਪੱਠੇ ਖਾਣ ਡਈ ਆ। ਹਾਂ ਤੇ ਦਾਦਾ ਨੀ ਖਾਂਦਾ ਰੋਟੀ, ਨੀ ਭੁੱਖ ਨੀ ਲੱਗਦੀ ਉਹਨੂੰ, ਭੁੱਖ ਨੀ ਲੱਗਦੀ, ਭੁੱਖ ਨੀ ਲੱਗਦੀ ਉਹਨੂੰ। ਉਹਨੂੰ ਟੀਕਾ ਹੀ ਲਾਉਣਾ ਪੈਣਾ, ਉਹਦੀ ਗਰਦਨ ਚ ਟੀਕਾ ਲੱਗਣਾ, ਗਰਦਨ ਚ, ਗਰਦਨ ਚ, ਗਰਦਨ ਚ ਟੀਕਾ ਲੱਗਣਾ। ਨਹੀਂ ਡੌਲੇ ਚ ਨੀ ਲੱਗਦਾ ਹੁੰਦਾ? ਨਹੀਂ ਨਹੀਂ, ਉਹਦੀ ਗਰਦਨ ਚ ਹੀ ਲੱਗਣਾ। ਕਿਉਂ? ਨਹੀਂ ਡੌਲਿਆਂ ਚ ਨੀ ਲੱਗਦਾ ਇਹਨਾਂ ਦੇ। ਉਹ ਦਾਦਾ ਤੇਰਾ ਬਿਮਾਰ ਆ, ਉੱਥੇ ਕਰ ਕਿਤੇ ਲੈ ਕੇ ਉਹਨੂੰ ਕਿਸੇ ਡਾਕਟਰ। ਨਹੀਂ, ਮੈਂ ਤੁਹਾਡੇ ਕੋਲੋਂ ਭਾਈ ਇਲਾਜ ਕਰਾਉਣਾ। ਮੇਰੇ ਕੋਲੋਂ ਇਲਾਜ ਤੂੰ ਕੀ ਕਰਾਉਣਾ ਉਹਦਾ ਕਾਕਾ? ਓਏ ਮੇਰਾ ਕੰਮ ਨੀ ਹੈਗਾ ਭਾਈ ਤੇਰਾ, ਭਾਵੇਂ ਉਹ ਜੀਵੇ ਜਾਂ ਮਰੇ, ਆਪਾਂ ਤੇਰੇ ਕੋਲੋਂ ਹੀ ਕਰਾਉਣਾ ਇਲਾਜ। ਓ ਯਾਰ, ਮੇਰੇ ਕੋਲੋਂ ਕਰਾਉਣਾ ਇਲਾਜ ਵੀ, ਮੇਰੇ ਕੋਲ ਇਲਾਜ ਕੱਲ ਹੀ ਕਰਾਉਣਾ ਹੈ? ਤੂੰ ਕਹਿੰਦਾ ਇੱਕ ਜਗ੍ਹਾ ਤੇ ਬੈਠਾ ਰਹਿੰਦਾ, ਉਹਦੀ ਪਿੱਛੋਂ ਹਲਕੀ ਚ ਪੂਛ ਮਰੋੜ ਵੇਖੀ ਦਾਦੇ ਦੀਆਂ ਦੁੜਕਾਂ? ਨਹੀਂ, ਉਹਦੀ ਪੂਛ ਪਿੱਛੇ ਆ, ਪਿੱਛੇ ਆ। ਉਹ ਜਦੋਂ ਕਾਕਾ ਮੈਂ ਡੰਗਰ ਡਾਕਟਰ ਆ, ਮੈਂ ਤੈਨੂੰ ਕਹਿਣ ਡਿਆ ਮੇਰੇ ਕੋਲ ਉਹਦਾ ਇਲਾਜ ਹੀ ਹੈ ਨਹੀਂ, ਤੇ ਤੂੰ ਫਿਰ ਕਹਿਣ ਡਿਆ ਇਲਾਜ ਉਹਦਾ ਤੁਹਾਡੇ ਕੋਲ ਕਰਾਉਣਾ, ਤੁਹਾਡੇ ਕੋਲ ਕਰਾਉਣਾ। ਇਲਾਜ ਤੇ ਤੇਰਾ ਵੀ ਹੋਣ ਵਾਲਾ, ਤੇ ਤੂੰ ਸਾਡੇ ਵਾਸਤੇ ਰੋਟੀ ਪਕਾਉਣਾ ਮੈਂ? ਉਹ ਯਾਰ, ਤੂੰ ਜਿਹੜੀ ਮੇਰੇ ਵਾਸਤੇ ਪਕਾਉਣੀ ਹੈ ਨਾ, ਉਹ ਦਾਦੇ ਦੇ ਚਲੀਸਵੇ ਵਾਸਤੇ ਜੋੜ ਕੇ ਰੱਖ। ਦਾਦਾ ਹੁਣ ਤੇਰਾ ਰਹਿਣ ਦੇ ਕਾਬਲ ਨਹੀਂ ਹੈ, ਉਹ ਕਿਸੇ ਟਾਈਮ ਵੀ ਧੋਖਾ ਦੇ ਸਕਦਾ। ਇਹ ਮੱਝ ਕਹਿੰਦੇ ਇਹਦਾ ਸਿਰ ਅੱਧਾ ਚਿੱਟਾ ਕਿਉਂ ਹੈ? ਅੱਧਾ ਇਹਦਾ ਅੱਧਾ ਚਿੱਟਾ ਕਿਉਂ ਵਾ? ਇਹ ਅੱਲਾ ਦੇ ਕੰਮ ਆ ਕੇ ਮੇਰੇ ਆ ਹੈ? ਉਹ ਦੋ ਪੈਰ ਵੀ ਚਿੱਟੇ ਆ। ਹਾਂਜੀ ਹੈ, ਇਹ ਕੀ ਵਜ੍ਹਾ ਹੋ ਗਈ? ਇਹ ਬਸ ਹੁੰਦੀ ਆ ਵਜ੍ਹਾ, ਇਹਦੀ ਮਾਂ ਵੀ ਏਦਾਂ ਦੀ ਹੋਣੀ ਆ ਨਾ। ਹੋ ਅੱਗੇ ਆ ਲਿਆ ਦਾਦਾ, ਇੱਥੇ ਵੇਖ ਤੇਰਾ ਕੈਸਾ ਦਾਦਾ ਸੈੱਟ ਕਰਦੀ। ਇੱਥੇ ਲਿਆ ਦਾਦਾ ਤੇਰਾ, ਮੋਢਣਾ ਬੰਨ ਕੇ ਨਾ ਉਹਨੂੰ ਇੱਕ ਨਾਲ ਦਿੰਦਾ ਨਾ ਹਾਲੋਂਦੀ ਹੈ, ਉਹਨੂੰ ਉੱਥੇ ਦਿੰਦਾ ਉਹਨੂੰ ਨਾਲ, ਤੇ ਸੈੱਟ ਹੋ ਜੂ ਤੇਰਾ ਦਾਦਾ, ਪਿੰਡੇ ਦੀ ਗਰਮੀ ਸਾਰੀ ਦੂਰ ਹੋ ਜੂਗੀ। ਇਹਨੂੰ ਕੀ ਹੋਇਆ? ਇਹਨੂੰ ਹੋਇਆ, ਇਹਨੂੰ ਤੂੰ ਚੰਗਾ ਨਹੀਂ ਲੱਗਣ ਡਿਆ। ਅੱਲਾ ਦੀ ਰਹਿਮਤ ਨਾਲ ਉਹਦੀ, ਮੈਂ ਉਹਨੂੰ ਹਰ ਵਾਰੀ ਚੈੱਕ ਕਰਕੇ ਜਾਂਦਾ, ਉਹਨੂੰ ਪਤਾ ਕਿ ਡਾਕਟਰ ਦੇ ਖਿਲਾਫ਼ ਗਲਤ ਗੱਲਾਂ ਕਰਨ ਡਿਆ, ਉਹਨੇ ਟੱਕਰ ਤੇ ਬਣਦੀ ਹੈ ਨਾ ਤੇਰੀ, ਕੁਛ ਨਾ ਕਹੀ ਕੁਛ ਨਾ ਕਹੀ, ਬਸ ਠੀਕ ਆ ਦਫਾ ਕਰ। ਪਤਾ ਨੀ ਕੀ ਗੱਲ ਆ, ਖੁਰਕਦੇ ਰਹਿੰਦੇ ਆ ਕੰਨ ਨਾ ਏਦਾਂ, ਆ ਚਿੱਚਣ ਲੱਗੇ ਹੋਣੇ ਆ। ਉੱਥੇ ਕਿਤੇ ਇੱਕ ਪਾਥੀ ਲੈ ਕੇ ਨਾ ਉਹਨੂੰ ਅੱਗ ਲਾ ਕੇ, ਤੇ ਦਾਦੇ ਦੇ ਚੰਗੀ ਤਰ੍ਹਾਂ ਨਾ ਕੰਨ ਸਾਫ਼ ਕਰ, ਚਿੱਚੜ ਪਏ ਹੋਣੇ ਦਾਦੇ ਨੂੰ। ਲਾਂਤੀਆ ਮੈਂ ਕਈ ਜਾਣਦੇ ਆ, ਮੈਂ ਡੰਗਰ ਡਾਕਟਰ ਆ ਗਏ ਜੀ, ਕੰਨ ਖੁਰਕਦੇ ਆ ਜੀ, ਫਲਾਨ ਕਰਦੇ ਆ, ਢੀਂਗ ਕਰਦੇ ਆ, ਪੈਰਾਂ 'ਚ ਵੀ ਖਾਰਿਸ਼ ਹੁੰਦੀ ਹੋਣੀ ਹੈ। ਹਾਂਜੀ ਹਾਂਜੀ, ਹਾਂ ਉੱਥੇ ਵੀ ਚੰਗੀ ਤਰ੍ਹਾਂ ਨਾ ਉਹਦਾ ਪੱਬ ਖੋਲ ਕੇ ਵੇਖੀ, ਉੱਥੇ ਵੀ ਚਿੱਚੜ ਹੋਣੇ ਆ, ਉਹ ਛੁਰੀ ਤੱਤੀ ਕਰਕੇ ਨਾ ਉਹ ਦਾਦੇ ਦੇ ਫੇਰ ਉੱਥੇ। ਪਤਾ ਨੀ ਕੀ ਗੱਲ ਆ, ਦਾਦੇ ਦਾ ਨਾ ਢਿੱਡ ਫੁੱਲਿਆ ਫੁੱਲਿਆ ਜਿਹਾ ਹੈ, ਵੱਡਾ ਹੋਇਆ ਢਿੱਡ ਵੱਡਾ। ਲੈ ਫਿਰ ਮੁਬਾਰਕ ਹੋਵੇ, ਪੂਰੇ ਪਿੰਡ 'ਚ ਮਠਿਆਈਆਂ ਵੰਡ। ਕਾਹਦੀਆਂ? ਦਾਦਾ ਸੂਣ ਵਾਲਾ ਹੀ, ਇਸ ਵਾਰੀ ਕੱਟਾ ਦੇਣਾ ਹੀ ਉਹਨੇ, ਉਹ ਤੇਰਾ ਫਿਟੇ ਮੂੰਹ। ਉਹ ਤੈਨੂੰ ਮੈਂ ਕਹਿਣ ਡਿਆ, ਮੈਂ ਡੰਗਰ ਡਾਕਟਰ ਆ ਕੇ, ਦਾਦੇ ਦਾ ਢਿੱਡ ਵੱਡਾ ਹੋਇਆ, ਉਹਦੇ ਮਾਰ ਕੋਈ ਸੂਆ ਨੂੰ ਫਰੇਵਾ ਨਾ ਹੋਇਆ ਹੋਵੇ, ਉਹਦੀ ਹਵਾ ਕੱਢ ਕੇ ਤੇ ਦਾਦੇ ਦੀ। ਦਾਦਾ ਲਈ ਫਿਰਦਾ ਮੈਂ ਕਈ ਜਾਣਦੇ, ਮੈਂ ਡੰਗਰ ਡਾਕਟਰ ਆ। ਨਹੀਂ, ਪੂਰਾ ਪਿੰਡ ਕਹਿਣ ਡਿਆ ਕਿ ਉਹ ਤਾਂ ਡਾਕਟਰ ਹੀ ਬੜਾ ਵੱਡਾ। ਉਹ ਯਾਰ, ਮੈਂ ਵੱਡਾ ਡਾਕਟਰ ਇਹਨਾਂ ਡੰਗਰਾਂ ਵਾਸਤੇ ਆ, ਤੁਹਾਡੇ ਡੰਗਰਾਂ ਵਾਸਤੇ ਨਹੀਂ। ਸਮਝ ਲੱਗੀ ਆ ਕਿ ਨਹੀਂ? ਅੱਛਾ, ਇੱਦਾਂ ਵੀ ਹੁੰਦਾ ਹੈਗਾ ਬੰਦਾ ਡੰਗਰਾਂ ਨਾਲ ਰਹਿ ਰਿਹਾ ਕਿ ਡੰਗਰ ਹੋ ਜਾਵੇ? ਕੀ ਡੰਗਰ, ਮੈਂ ਕਿ ਮੇਰੇ ਮੂੰਹ 'ਚ ਪੱਠੇ ਵੇਖ ਲਿਆ ਆ ਹੈਂ, ਕਿ ਮੇਰਾ ਮੂੰਹ ਵੰਡੇ ਨਾਲ ਭਰਿਆ ਪਿਆ, ਕਿ ਤੂੰ ਮੈਨੂੰ ਕਹਿਣ ਡਿਆ ਕਿ ਡੰਗਰ ਹੋ ਜਾਂਦਾ ਬੰਦਾ? ਤਮੀਜ਼ ਹੀ ਹੈ ਨਹੀਂ ਤੈਨੂੰ? ਨਿਆਣਿਆਂ ਨੂੰ ਨਾ ਮੋਢਿਆਂ ਦਾ ਇੰਜ ਬਿਠਾ ਕੇ ਗੇੜੇ ਦਿੰਦਾ ਰਹਿੰਦਾ ਮੰਜੇ ਦੇ ਉੱਤੇ ਦਾਦਾ। ਗੇੜੇ ਦਿੰਦਾ ਉਹਨੂੰ, ਫਿਰ ਘੇਰੂ ਹੋਇਆ। ਘੇਰੂ? ਹਾਂ, ਉਹ ਜਿਹੜਾ ਧੌਣਿਆਂ 'ਚ ਰੱਖਦਾ ਨਾ। ਹਾਂ, ਬਸ ਘੇਰੂ ਹੋਇਆ, ਉਹ ਦਾਦਾ ਤੇਰਾ ਜਾਣ ਵਾਲਾ ਹੀ ਆ, ਹਰਾਮ ਹੋ ਜਾਣਾ ਉਹਨੇ। ਸਮਝ ਲੱਗੀ ਆ ਕਿ ਨਹੀਂ? ਉਹ ਮੈਂ ਤੈਨੂੰ ਕਹਿਣ ਡਿਆ, ਮੈਂ ਡੰਗਰ ਡਾਕਟਰ ਆ, ਮੈਂ ਡੰਗਰ ਡਾਕਟਰ।
ਤੁਸੀਂ ਇੱਦਾਂ ਕਰੋ ਨਾ, ਨਾਲ ਮੇਰੇ ਚੱਲੋ ਤੇ ਦਾਦੇ ਨੂੰ ਇੱਕ ਵਾਰੀ ਚੈੱਕ ਕਰ ਲਓ। ਓ ਯਾਰ ਦਾਦਾ ਤੇਰਾ ਇੰਜ ਨਹੀਂ ਚੈੱਕ ਹੋਣਾ ਮੇਰੇ ਕੋਲ, ਹੁਣ ਦਸਤਾਨਾ ਹੈ ਨਹੀਂ ਵੱਡਾ, ਮਾਂ ਪਾਉਣੀ ਪੈਣੀ ਦਾਦੇ ਨੂੰ, ਉਹਦੇ ਸੰਘ ਥਾਣੀ ਲੰਘਾ ਕੇ ਨਾ ਉਹਦਾ ਢਿੱਡ ਚੈੱਕ ਕਰਨਾ ਪੈਣਾ ਕੀ ਅੰਦਰ ਕੀ ਖਾ ਮਰ ਲਿਆ ਉਹਨੇ। ਦਾਦਾ 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 ਮੈਂ ਕੀ ਗੱਲ ਆ, ਮੁੰਡਾ ਕਿੱਥੋਂ ਲੱਭਦਾ ਲਭਾਇਆ ਆ ਗਿਆ ਮੈਨੂੰ। ਉਹ ਮੁੰਡਾ ਆਇਆ ਨੀ ਯਾਰ ਬਾਬਾ ਗੁੱਲੂ, ਉਹਨੂੰ ਕਹਿ ਮੈਨੂੰ ਲਾ ਗਿਆ ਉੱਥੇ। ਕਿੱਥੇ? ਮੈਂ ਲਾਇਆ ਉਹਨਾਂ ਤੈਨੂੰ। ਤੂੰ ਕਿੱਥੇ ਲਾ ਉਹਨਾਂ ਮੈਨੂੰ? ਕਿੱਥੇ ਜਾਣਾ? ਉਹ ਮੈਂ ਤੇਰੇ ਨਾਲ ਜਾਣਾ ਹੀ ਨਹੀਂ ਕਿਤੇ। ਸਮੇਂ ਲੱਗੀ ਆ ਕਿ ਨਹੀਂ? ਦਾਦਾ ਪਤਾ ਨਹੀਂ ਸੰਡੇ ਤੇ ਲਿਖ ਬੈਠਾ ਦਾਦਾ, ਤੇਰਾ ਦਾਦਾ ਨਹੀਂ ਠੀਕ ਹੋਣ ਡਿਆ, ਗਾਲੀ ਨਹੀਂ ਕਰਦਾ ਤੇ ਫਲਾਨਾ ਨਹੀਂ ਕਰਦਾ। ਇੱਥੇ ਨਾ ਇੱਥੇ ਇਸ ਜਗ੍ਹਾ ਤੇ ਇਦਾਂ ਲੱਗਦਾ ਜਿੱਦਾਂ ਇੱਧਰ ਵੀ ਤੇ ਇੱਧਰ ਵੀ ਇਹਦਾ ਫੋੜੇ ਫੋੜੇ ਜੇ ਬਣਨ ਡਿਆ। ਉਹ ਫੋੜੇ ਨੀ ਗੇ, ਸਿੰਘ ਨਿਕਲਣ ਡਿਆ। ਦਾਦਾ ਭੋਡਾ ਸੀ ਪਹਿਲੇ, ਹੈਂ? ਇੱਥੇ ਫੋੜੇ ਨਿਕਲਣ ਡਿਆ ਆ ਸਿੰਘ। ਹਾਂ ਥੋੜੇ ਨਿਕਲਣ ਡਿਆ। ਤੈਨੂੰ ਮੈਂ ਕਹੀ ਜਾਣਿਆ ਕਾਕਾ, ਮੈਂ ਡੰਗਰ ਡਾਕਟਰ ਆ, ਮੈਂ ਡੰਗਰ ਡਾਕਟਰ ਆ, ਤੂੰ ਦਾਦਾ ਹੀ ਨੀ ਛੱਡਣ ਡਿਆ। ਦਾਦੇ ਨੂੰ ਰੱਸੀ ਪਾਈ ਆ ਕਿ ਸੰਗਲ ਨਾ ਬੰਨਿਆ? ਯਾਰ ਕੌਣ ਬੰਨਦਾ ਹੁੰਦਾ ਦਾਦੇ ਨੂੰ ਸੰਗਲ ਨਾ? ਹੈ ਉਹ ਤੁਸੀਂ ਬੰਨੋ ਉਹਨੂੰ, ਉਹ ਤੂੰ ਡੰਗਰ ਡਾਕਟਰ ਕੋਲ ਆ ਗਿਆ ਦਾਦੇ ਦਾ ਕੇਸ ਲੈ ਕੇ, ਉਹਨੂੰ ਬੰਨੋ ਜਾ ਕੇ। ਹੈ ਤੂੰ ਤਾਂ ਪਤਾ ਨਹੀਂ ਅੱਕਿਆ ਸੜਿਆ ਯਾਰ, ਅੱਕਿਆ ਸੜਿਆ। ਐਵੇਂ ਲੋਕ ਕਹੀ ਜਾਂਦੇ ਆ ਡਾਕਟਰ ਚੰਗਾ ਡਾਕਟਰ, ਤੂੰ ਟਕੇ ਦਾ ਬੰਦਾ ਨਹੀਂ। ਓਏ ਅੱਲਾ ਦੀ ਰਹਿਮਤ ਨਾਲ ਡਾਕਟਰ ਆ, ਪਤਾ ਨਹੀਂ ਕਿੱਥੋਂ ਡਾਕਟਰ ਹੈ। ਓਏ ਮੈਂ ਇਸ ਪਿੰਡ 'ਚ ਨਾ ਆਵਾਂ ਤੇ ਪਤਾ ਨਹੀਂ ਕੀ ਹਾਲਾਤ ਹੋਣ ਤੁਹਾਡੇ, ਸਾਰੇ ਗਟਰ ਬੰਦ ਹੋ ਜਾਣ ਲੋਕਾਂ ਦੇ। ਉਹ ਗਟਰ ਮੈਂ, ਉਹ ਮੈਂ ਜਮਾਦਾਰ ਆ। ਤੂੰ ਨਾ ਹੋਵੇਂ ਤੇ, ਤੂੰ ਨਾ ਹੋਵੇਂ ਤੇ ਦਾਦਾ ਲਈ ਫਿਰਦਾ ਇੱਥੇ ਗਲੀਆਂ 'ਚ, ਛਾਪਰ ਹੀ ਛਾਪਰ ਹੋਣ, ਕੋਈ ਨਾ ਚੁੱਕੇ ਤੂੰ ਨਾ ਹੋਵੇ ਤੇ। ਉਹ ਜਾ ਆਪਣਾ ਕੰਮ ਕਰ ਕਾਕਾ, ਜਾ ਦਫਾ ਹੋ ਜਾ ਇੱਥੋਂ, ਤੈਨੂੰ ਮੈਂ ਕਹਿਣ ਡਿਆ। ਐਡਾ ਤੂੰ ਡਾਕਟਰ ਮਸ਼ਹੂਰ, ਐਡਾ ਤੂੰ ਡਾਕਟਰ, ਐਡਾ ਤੂੰ ਦਾਦੇ ਵਾਲਾ, ਚੱਲ ਭੱਜ ਇੱਥੋਂ। ਦੱਸਿਆ ਇੱਕ ਗੱਲ, ਤੇਰਾ ਕੰਮ ਆ ਜਾ ਕੇ, ਤੂੰ ਕਹਵੇਂ ਅੱਛਾ ਯਾਰ ਮੈਂ ਕਰ ਦਿੰਦਾ ਸਿੱਧਾ ਕੰਮ। ਉਹ ਕੀ ਸਿੱਧਾ ਕੰਮ ਕਰ ਦਵਾਂ? ਹੈ ਮੈਂ ਤੈਨੂੰ ਕਹਿਣ ਡਿਆ ਮੈਂ ਡੰਗਰ ਡਾਕਟਰ ਆ, ਮੈਨੂੰ ਕੋਈ ਕੱਟਾ ਚੈੱਕ ਕਰਾ, ਕੋਈ ਖੋਤਾ ਚੈੱਕ ਕਰਾ ਕਿ ਦਾਦਾ ਤੇਰਾ ਖੋਤਾ ਹੈ, ਇੰਜ ਕਰਦਾ? ਤੇ ਤੂੰ ਕੁਛ ਕੰਮ ਚੰਗਾ ਬੰਦਿਆਂ ਵਾਲਾ ਡਾਕਟਰੀ ਕਰ ਲੈਣੀ ਸੀ। ਕਿਉਂ? ਕੋਈ ਬੰਦਿਆਂ ਵਾਲਾ ਕੰਮ ਨਹੀਂ ਤੇਰੇ 'ਚ। ਓ ਯਾਰ ਤੂੰ ਕੌਣ ਹੁੰਦਾ ਵੀ ਮੈਨੂੰ ਚੰਗੀ ਡਾਕਟਰ, ਮੈਂ ਜੋ ਮੇਰਾ ਦਿਲ ਕੀਤਾ ਮੈਂ ਬਣ ਗਿਆ। ਨਹੀਂ ਕੋਈ ਬੰਦਿਆਂ ਵਾਲਾ ਕੰਮ ਹੈ ਤੇਰੇ 'ਚ? ਆ ਬੰਦਿਆਂ ਵਾਲਾ ਕੰਮ ਹੀ ਆ, ਮਾਮਾ ਜਿਹੜੇ ਮੈਂ ਡੰਗਰ ਚੈੱਕ ਕਰਨ ਡਿਆ, ਮੈਂ ਇਹਨਾਂ ਨੂੰ ਤੰਦਰੁਸਤ ਕਰਨ ਡਿਆ, ਬੰਦਿਆਂ ਵਾਲਾ ਕੰਮ ਹੀ ਆ। ਇਹ ਤਾਂ ਡੰਗਰਾਂ ਦਾ ਤੂੰ ਕੰਮ ਕਰਨ ਡਿਆ। ਤੇ ਡੰਗਰਾਂ ਨੂੰ ਇਨਸਾਨ, ਜੇ ਸਾਡੇ ਵਰਗੇ ਡਾਕਟਰ ਨਾ ਹੋਣ ਤੇ ਇਹਨਾਂ ਨੂੰ ਬੇਜ਼ਬਾਨਾਂ ਨੂੰ ਕਿੰਨੇ ਠੀਕ ਕਰਨਾ? ਤੈਨੂੰ ਉਸ ਟਾਈਮ ਕਿਸੇ ਨੇ ਕਿ ਨਹੀਂ ਕਿਹਾ ਕਿ ਬੰਦਿਆਂ ਵਾਲਾ ਨਹੀਂ ਕੰਮ ਹੈਗਾ, ਇਹ ਡੰਗਰਾਂ ਵਾਲਾ ਕੰਮ ਆ? ਕਿਹੜਾ? ਤੇਰਾ ਵੀ ਦਾਦਾ ਜਿਹੜਾ ਨਾ ਬੰਦੇ ਵਾਲਾ ਨਹੀਂ, ਉਹ ਵੀ ਕਿਤੇ ਡੰਗਰਾਂ ਵਾਲਾ, ਜਾ ਕਿਤੇ ਬੰਨ ਕੇ ਉਹਨੂੰ ਕਿਤੇ ਮਾਰ ਕੇ ਤੇ ਪੈਲੀ 'ਚ ਛੱਡ ਉਹਨੂੰ। ਡਾਕਟਰ ਬਣਿਆ ਫਿਰਦਾ, ਡਾਕਟਰ ਬਣਿਆ ਫਿਰਦਾ, ਡਾਕਟਰ ਹੀ ਅੱਲਾ ਦੀ ਰਹਿਮਤ ਨਾਲ। ਆ ਗੈਟਅਪ ਹੈ ਤੇਰਾ ਡਾਕਟਰਾਂ ਵਾਲਾ? ਹੈ ਤੇਰਾ ਗੈਟਅਪ ਹੈ ਬੰਦੇ ਵਾਲਾ? ਆ ਜਿਹੜੇ ਤੂੰ ਦਾਦੇ ਦੇ ਨੁਕਸ ਦੱਸਣ ਡਿਆ ਬੰਦੇ ਵਾਲੇ ਆ? ਹੈ ਐਵੇਂ ਪਤਾ ਨਹੀਂ ਕਿੱਥੋਂ ਛੋਲੇ ਦੇ ਕੇ ਪਤਾ ਨਹੀਂ ਪੜਿਆ। ਹੁਣ ਮੈਂ ਤੇਰੇ ਇਧਰੋਂ ਗਿੱਚੀ ਚੱਕ ਦੇਣੀ ਆ, ਛੋਲੇ ਦੇ ਕੇ ਪੜਿਆ ਜਾਂ ਕੰਮ ਕਰ ਜਾ ਕੇ ਆਪਣਾ? ਡਾਕਟਰ ਤਾਂ ਪੈਂਟ ਪੁੰਟ ਪਾ ਕੇ ਰੱਖਦੇ ਹੁੰਦੇ। ਉਹ ਜਿਹੜੇ ਡੰਗਰ ਡਾਕਟਰ ਆ ਅੱਲਾ ਦੀ ਰਹਿਮਤ ਨਾਲ, ਅਸੀਂ ਡਾਕਟਰ ਆ, ਸਮਝ ਲੱਗੀ ਆ ਕਿ ਨਹੀਂ? ਅੱਜ ਜਿੰਨੇ ਵੀ ਤੇਰੇ ਡਾਕਟਰ ਆ ਸਾਡੇ ਸਾਹਮਣੇ ਇਹਨੇ ਇਹਨੇ ਡਾਕਟਰ ਆ। ਅੱਛਾ, ਹਾਂਜੀ। ਮੈਂ ਡੰਗਰ ਦੇ ਕੋਲੋਂ ਲੰਘ ਜਾਵਾਂ ਨਾ ਤੇ ਡੰਗਰ ਤੰਦਰੁਸਤ ਹੋ ਜਾਂਦਾ। ਵਾਹ ਵਾਹ ਵਾਹ, ਐਡਾ ਤੂੰ ਡਿਸਪਰੀਨ,
ਐਡਾ ਤੂੰ ਡਿਸਪਰੀਨ ਕੋਲੋਂ ਲੰਘ ਜਾ, ਉਹਦਾ ਬੜਾ ਸਿਰ ਦਰਦ ਹੋਣ ਡਿਆ, ਐਡੀ ਡਿਸਪਰੀਨ ਤੈਨੂੰ ਯਾਦ ਆਉਣ ਡਈ ਆ, ਜਾਂ ਕਿਤੇ ਦਾਦੇ ਨੂੰ ਛੁਰੀ ਫੇਰ ਹਰਾਮ ਨਾ ਹੋ ਜੇ। ਹੈ ਹੀ ਪਾਗਲ ਨਾ ਤੂੰ, ਉਹ ਪਾਗਲ ਤੂੰ, ਤੇਰਾ ਦਾਦਾ ਪਾਗਲ, ਤੁਹਾਡਾ ਸਾਰਾ ਖਾਨਦਾਨ ਪਾਗਲ, ਐਡਾ ਤੂੰ ਕਿਤੇ ਪਾਗਲ, ਚੱਲ ਕੱਢ ਇੱਥੋਂ ਗੱਡੀ ਹੁਣੇ, ਮੈਂ ਇੱਥੇ ਮੁੰਡਿਆਂ ਨੂੰ ਆਵਾਜ਼ ਦਿੱਤੀ, ਤੈਨੂੰ ਉਹ ਦਾਤਰੀਆਂ ਪੈਣੀਆਂ ਜਦੋਂ ਰੇ ਰੱਬ ਦਾ ਨਾਂ। ਪਤਾ ਨੀ ਕਿੱਥੋਂ ਤੂੰ ਡਾਕਟਰ ਬਣ ਗਿਆ, ਉਹ ਤੂੰ ਕਿੱਥੋਂ ਇਨਸਾਨ ਬਣ ਗਿਆ, ਮੂੰਹ ਤੇਰਾ ਵੀ ਮੱਝਾਂ ਲਵਾਉਣ ਵਾਲਾ ਹੀ ਗੁੱਸਾ ਕਰਨ ਦੇ। ਉਹ ਨਹੀਂ ਨਹੀਂ ਜਾਣਦੇ ਇਹਨੂੰ ਬਾਬਾ, ਉਹ ਬਾਬਾ ਗੁੱਲੂ ਜਾਣ, ਚੱਲ ਦੜ ਜਾ ਇੱਥੋਂ, ਭੱਜ ਜਾ ਇੱਥੋਂ, ਆ ਗਿਆ ਪਤਾ ਨੀ ਕਿੱਥੋਂ, ਉਹ ਜਾਣਦੇ ਇਹਨੂੰ, ਇਹਦੇ ਸਿਰ ਦੇ ਵਿੱਚ ਮਗਜ ਹੀ ਨੀਗਾ, ਪਤਾ ਨਹੀਂ ਇਹਦਾ ਇਹਨੂੰ ਸਰਦਾਈ ਪਿਆ, ਉਹ ਸਰਦਾਈ, ਚੱਲ ਭੱਜ ਜਾ ਇੱਥੋਂ, ਮੈਂ ਤੈਨੂੰ ਕਹਿਣ ਡਿਆ ਸਰਦਾਈ ਪਿਓ। ਆ ਗਿਆ ਜੀ, ਮੇਰਾ ਦਾਦਾ ਬਿਮਾਰ ਹੈ ਜੀ, ਦਾਦਾ ਜੀ ਮੇਰਾ ਘੜੀਸੀਆਂ ਮਾਰਦਾ ਜੀ, ਗਰਮੀ ਬੜੀ ਮਹਿਸੂਸ ਕਰਦਾ, ਚਵਲੇ ਜੀ ਆ, ਮੈਂ ਕਹਿਣ ਵੀ ਡਿਆ ਮੈਂ ਡੰਗਰ ਡਾਕਟਰ ਹਾਂ, ਮੈਂ ਡੰਗਰ ਡਾਕਟਰ ਹਾਂ, ਪਤਾ ਨਹੀਂ ਕਿੱਥੋਂ ਆ ਗਿਆ।